ਪੰਜਾਬੀਸਤਾਨ ਦੀ ਜਾਨਿਬ ਤੋਂ ਜਨਾਬ ਸੰਤ ਰਾਮ ਉਦਾਸੀ ਜੀ ਦੀ ਇੱਕ ਰਚਨਾ ਸਾਧੂ ਬੂਬਨਾ। ਛੇੜ ਕੇ ਪਰਿੰਡ ਰੰਗੀਆਂ ਕਿੱਥੇ ਜਾਏਗਾ ਬੂਬਨਿਆ ਸਾਧਾ, ਰਤਾ ਨਾ ਸ਼ਰਮ ਖਾਵਦਾ ਗੱਲਾਂ ਗੱਲਾਂ ਵਿੱਚ ਕਰੀ ਜਾਵੇਂ ਵਾਧਾ। ਤੇਰੇ ਜਿਹੇ ਸਾਧ ਬਣਦੇ ਜਦੋਂ ਮੁੱਕਦੇ ਘੜੇ ਚੋਂ ਦਾਣੇ, ਉੱਪਰੋਂ ਅਤੀਤ ਜਾਪਦੇ ਪਰ ਅੱਗੇ ਪਿੱਛੇ ਰੋਂਦੇ ਨੇ ਨਿਆਣੇ। ਉਹਨਾਂ ਨੇ ਕੀ ਜੋਗ ਪਾਵਣਾ ਜਿੰਨਾ ਮੰਗ ਕੇ ਬਗਾਨਿਆਂ ਦਾ ਖਾਧਾ, ਛੇੜ ਕੇ ਪਰਿੰਡ ਰੰਗੀਆਂ ਕਿੱਥੇ ਜਾਏਗਾ ਬੂਬਣਿਆ ਸਾਧਾ। ਜਾਂ ਤਾਂ ਰੱਬ ਮਿਲੇ ਉਹਨਾਂ ਨੂੰ ਜਿਹੜੇ ਯਾਦਾਂ ਚ ਜਿਉਂਦੇ ਮਰ ਜਾਂਦੇ, ਉਹਨਾਂ ਨੂੰ ਤਾਂ ਝੱਟ ਮਿਲਦਾ ਜਿਹੜੇ ਸੇਵਾ ਹਨ ਲੋਕਾਂ ਦੀ ਕਮਾਉਂਦੇ। ਤੂੰ ਤਾਂ ਕੋਈ ਠੱਗ ਗਲੜੀ ਹੁੰਦਾ ਸਾਧ ਬਚਨ ਅਟਲਾਦਾ, ਛੇੜ ਕੇ ਪਰਿੰਡ ਰੰਗੀਆਂ ਕਿੱਥੇ ਜਾਏਗਾ ਬੂਬਣਿਆ ਸਾਧਾ। ਮਾਲਾ ਵਿੱਚ ਕਰਾਮਾਤ ਨਾ, ਨਵੇਂ ਯੁੱਗ ਦੇ ਲੋਕ ਇਹ ਆਂਦੇ, ਕਰਾਮਾਤ ਕਾਮਿਆਂ ਦੀ ਜਿਹੜੇ ਮਿੱਟੀ ਵਿੱਚੋਂ ਸੋਨਾ ਨੇ ਉਗਾਉਂਦੇ। ਜਿਨ੍ਹਾਂ ਨੂੰ ਇਹ ਝਾਕ ਰੱਬ ਦੀ, ਉਹਨਾਂ ਵੇਖਣਾ ਪਰਾਇਆਂ ਵੱਲ ਕਾਹਦਾ, ਛੇੜ ਕੇ ਪਰਿੰਡ ਰੰਗੀਆਂ ਕਿੱਥੇ ਜਾਏਗਾ ਬੂਬਣਿਆ ਸਾਧਾ। ਖਾਕ ਦਰ ਖਾਕ ਹੋਏ ਤੋਂ ਬਿਨਾਂ ਤਨ ਉੱਤੇ ਖਾਕ ਨਹੀਂ ਫੱਬਦੀ, ਤੇਰੀ ਤਾਂ ਉਦਾਸੀ ਵਿੱਚ ਵੇ ਮੈਨੂੰ ਡਾਢੀ ਇਹ ਸ਼ਰਾਰਤ ਲੱਗਦੀ। ਕਾਸੇ ਨੂੰ ਕੀ ਭੱਠ ਪਾਵਣਾ ਜਿਹਦੇ ਵਿੱਚ ਨਾ ਲੋਕ ਮਰਿਆਦਾ, ਛੇੜ ਕੇ ਪਰਿੰਡ ਰੰਗੀਆਂ ਕਿੱਥੇ ਜਾਏਗਾ ਬੂਬਣਿਆ ਸਾਧਾ।